ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਿਊ ਰਿਕਰੂਟਮੈਂਟ 2024 ਦਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ। ਫਰੈਸ਼ਰਸ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ। ਪੋਸਟਾਂ ਦੀ ਗੱਲ ਕਰੀਏ ਤਾਂ 606 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਯੂਨੀਅਨ ਬੈਂਕ ਆਫ ਇੰਡੀਆ ਦੇ ਵਿੱਚ। ਯੂਨੀਅਨ ਬੈਂਕ ਸਰਕਾਰੀ ਬੈਂਕ ਹੈ, ਇਸ ਕਰਕੇ ਪੋਸਟਾਂ ਵੀ ਤੁਹਾਡੀਆਂ ਰੈਗੂਲਰ ਪੋਸਟਾਂ ਜਿਹੜੀਆਂ ਉਹ ਰਹਿਣ ਵਾਲੀਆਂ। ਕੌਣ ਕੌਣ ਅਪਲਾਈ ਕਰ ਸਕਦਾ, ਕਿਵੇਂ ਇਸ ਦੇ ਵਿੱਚ ਅਪਲਾਈ ਕਰਨਾ, ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਚਲਦੇ ਹੈ ਨੋਟੀਫਿਕੇਸ਼ਨ ਵੱਲ। ਤੋ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋ ਯੂਨੀਅਨ ਬੈਂਕ ਦੁਆਰਾ ਸਪੈਸ਼ਲਿਸਟ ਆਫੀਸਰਸ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਜੋ ਹੈ ਉਹ ਤੁਹਾਡੀ 3/2/2024 ਤੋਂ ਸਟਾਰਟ ਹੋ ਚੁੱਕੀ ਹੈ ਔਰ ਇਸਦੀ ਜੋ ਲਾਸਟ ਡੇਟ ਰਹਿਣ ਵਾਲੀ ਹੈ ਉਹ 23/2/2024 ਇਸਦੀ ਜਿਹੜੀ ਆ ਉਹ ਲਾਸਟ ਡੇਟ ਰਹਿਣ ਵਾਲੀ ਹੈ। ਪੋਸਟਾਂ ਦੀ ਗੱਲ ਕਰੀਏ ਤੋ ਅਲੱਗ ਅਲੱਗ ਡੈਜ਼ਿਗਨੇਸ਼ਨ ਇਸ ਦੇ ਵਿੱਚ ਆਊਟ ਕੀਤੇ ਗਏ ਨੇ। ਪੋਸਟ ਕੋਡ ਤੁਹਾਨੂੰ ਦਿੱਤਾ ਹੋਇਆ, ਠੀਕ ਹੈ, ਉਸ ਤੋਂ ਬਾਅਦ ਬੇਸਿਕ ਪੇ ਸਕੇਲ ਤੁਹਾਨੂੰ ਦਿੱਤਾ ਹੋਇਆ ਔਰ ਵੈਕੈਂਸੀਜ਼ ਦਾ ਨੰਬਰ ਤੁਹਾਨੂੰ ਦਿੱਤਾ ਹੋਇਆ ਕਿ ਕਿੰਨੀਆਂ ਵੈਕੈਂਸੀਜ਼ ਕਿਸ ਡੈਜ਼ਿਗਨੇਸ਼ਨ ਦੇ ਵਿੱਚ ਕੱਢੀਆਂ ਗਈਆਂ। ਅਗਰ ਮੈਂ ਟੋਟਲ ਵੈਕੈਂਸੀਜ਼ ਦੀ ਗੱਲ ਕਰਾਂ ਤੋ 606 ਵੈਕੈਂਸੀਜ਼ ਨੇ ਟੋਟਲ ਔਰ ਲਾਸਟ ਵਾਲੀਆਂ ਵੈਕੈਂਸੀਜ਼ ਜੋ ਨੇ ਇਹ ਫਰੈਸ਼ਰਸ ਦੇ ਲਈ ਨੇ, ਤੁਸੀਂ ਇਹਨਾਂ ਲਈ ਕੰਸੀਡਰ ਕਰ ਸਕਦੇ ਹੋ। 606 ਪੋਸਟਾਂ ਨੂੰ ਫਰਦਰ ਜਿਹੜਾ ਹੈਗਾ ਉਹ ਕੈਟਾਗਰੀ ਵਾਈਜ਼ ਡਿਵਾਈਡ ਕੀਤਾ ਹੋਇਆ। ਤੁਸੀਂ ਇਹਨਾਂ ਦੀ ਆਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਹਨਾਂ ਦੀ PDF ਅੱਛੀ ਤਰ੍ਹਾਂ ਜਿਹੜੀ ਹੈਗੀ ਆ ਉਹ ਰੀਡ ਕਰ ਸਕਦੇ ਹੋ। ਸ਼ਡਿਊਲ ਦੀ ਗੱਲ ਕਰੀਏ ਤਾਂ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ 3/2/2024 ਤੋਂ ਸਟਾਰਟ ਹੋ ਚੁੱਕੀਆਂ ਔਰ ਇਸਦੀ ਲਾਸਟ ਡੇਟ ਜਿਹੜੀ ਹੈ ਰਹਿਣ ਵਾਲੀ ਹੈ 23/2/2024 ਇਸਦੀ ਲਾਸਟ ਡੇਟ ਰਹਿਣ ਵਾਲੀ ਹੈ। ਐਲੀਜੀਬਿਲਟੀ ਦੇ ਵਿੱਚ ਕੈਂਡੀਡੇਟ ਇੰਡੀਅਨ ਸਿਟੀਜ਼ਨ ਹੋਵੇ ਤਾਂ ਉਹ ਇਸ ਦੇ ਵਿੱਚ ਅਪਲਾਈ ਕਰ ਸਕਦਾ ਅਗਰ ਉਹ ਅਸੈਂਸ਼ੀਅਲ ਕੁਆਲੀਫਿਕੇਸ਼ਨ ਜਿਹੜੀਆਂ ਇਹਨਾਂ ਦੀਆਂ ਕੰਪਲੀਟ ਕਰਦਾ। ਅਗਰ ਮੈਂ ਪੋਸਟ ਦੀ ਗੱਲ ਕਰਾਂ ਤਾਂ ਚੀਫ ਮੈਨੇਜਰ IT ਦੇ ਵਿੱਚ ਮਿਨੀਮਮ ਏਜ 30 ਸਾਲ ਔਰ ਮੈਕਸੀਮਮ ਤੁਹਾਡੀ 45 ਸਾਲ ਏਜ ਹੋਣੀ ਚਾਹੀਦੀ ਹੈ। ਕੁਆਲੀਫਿਕੇਸ਼ਨ ਦੇ ਵਿੱਚ BSc BE BTech ਡਿਗਰੀ ਇਨ ਕੰਪਿਊਟਰ ਸਾਇੰਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ, ਸੋਫਟਵੇਅਰ ਇੰਜੀਨੀਅਰਿੰਗ ਐਕਸਟਰਾ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਉਹ ਡਿਗਰੀ ਹੋਣੀ ਚਾਹੀਦੀ ਹੈ। 10 ਈਅਰ ਦਾ ਤੁਹਾਡੇ ਕੋਲ ਐਕਸਪੀਰੀਅੰਸ ਜਿਹੜਾ ਹੈ ਉਹ ਮੰਗਿਆ ਗਿਆ ਹੈ। ਸੈਕਿੰਡ ਦੀ ਗੱਲ ਕਰੀਏ ਤਾਂ ਚੀਫ ਮੈਨੇਜਰ IT ਦੇ ਵਿੱਚ ਤੁਹਾਡਾ ਮਿਨੀਮਮ ਏਜ 30 ਸਾਲ, ਮੈਕਸੀਮਮ 45 ਸਾਲ ਰਹਿਣ ਵਾਲੀ ਹੈ ਔਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਵਿੱਚ BSc BE BTech ਡਿਗਰੀ ਇਨ ਕੰਪਿਊਟਰ ਸਾਇੰਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ ਔਰ ਸੋਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਔਰ ਇਸ ਦੇ ਵਿੱਚ ਵੀ 10 ਈਅਰ ਐਕਸਪੀਰੀਅੰਸ ਤੁਹਾਡਾ ਜਿਹੜਾ ਹੈਗਾ ਉਹ ਮੰਗਿਆ ਗਿਆ ਹੈਗਾ। ਨੈਕਸਟ ਗੱਲ ਕਰੀਏ ਤੀਸਰੀ ਤੋਂ ਚੀਫ ਮੈਨੇਜਰ IT ਦੇ ਲਈ ਮਿਨੀਮਮ ਏਜ 30 ਸਾਲ, ਮੈਕਸੀਮਮ 45 ਸਾਲ ਔਰ ਜੋ ਇਸ ਦੇ ਵਿੱਚ ਐਜੂਕੇਸ਼ਨ ਹੈ ਉਹ ਸੇਮ ਹੀ ਉੱਪਰ ਵਾਲੇ ਡੈਜ਼ਿਗਨੇਸ਼ਨ ਦੀ ਹੀ ਮੰਗੀ ਗਈ ਹੈ ਔਰ 10 ਸਾਲ ਦਾ ਐਕਸਪੀਰੀਅੰਸ ਤੁਹਾਡਾ ਇਸ ਦੇ ਵਿੱਚ ਵੀ ਮੰਗਿਆ ਗਿਆ ਹੈ। ਚੀਫ ਮੈਨੇਜਰ IT ਦੀ ਗੱਲ ਕਰੀਏ ਤਾਂ ਇਸ ਦੇ ਵਿੱਚ BSc BE BTech ਡਿਗਰੀ ਇਨ ਕੰਪਿਊਟਰ ਸਾਇੰਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਔਰ ਇਸ ਦੇ ਵਿੱਚ ਵੀ 10 ਸਾਲ ਦਾ ਐਕਸਪੀਰੀਅੰਸ ਤੁਹਾਡਾ ਕਾਊਂਟ ਕੀਤਾ ਜਾਏਗਾ। ਉਸ ਤੋਂ ਬਾਅਦ ਸੀਨੀਅਰ ਮੈਨੇਜਰ IT ਦੀ ਗੱਲ ਕਰੀਏ ਐਪਲੀਕੇਸ਼ਨ ਡਿਵੈਲਪਰ ਦੀ ਤਾਂ ਉਸ ਦੇ ਵਿੱਚ BSc BE BTech ਡਿਗਰੀ ਇਨ ਕੰਪਿਊਟਰ ਸਾਇੰਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੀ ਮੰਗੀ ਹੈ, ਲੇਕਿਨ ਇੱਥੇ ਐਕਸਪੀਰੀਅੰਸ ਜਿਹੜਾ ਘਟਾ ਦਿੱਤਾ ਗਿਆ, 7 ਸਾਲ ਦਾ ਐਕਸਪੀਰੀਅੰਸ ਤੁਹਾਡਾ ਇੱਥੇ ਰਹਿਣ ਵਾਲਾ ਹੈ। ਉਸ ਤੋਂ ਬਾਅਦ ਸੀਨੀਅਰ ਮੈਨੇਜਰ IT ਦੀ ਗੱਲ ਕਰੀਏ ਤਾਂ BSc BE BTech ਡਿਗਰੀ ਇਨ ਕੰਪਿਊਟਰ ਸਾਇੰਸ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ, ਸੋਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ ਔਰ ਉਸ ਦੇ
ਵਿੱਚ ਮਿਨੀਮਮ ਤੁਹਾਡਾ ਜਿਹੜਾ ਐਕਸਪੀਰੀਅੰਸ ਉਹ 7 ਸਾਲ ਦਾ ਹੀ ਇਸ ਦੇ ਵਿੱਚ ਵੀ ਮੰਗਿਆ ਗਿਆ ਹੈ। ਸੀਨੀਅਰ ਮੈਨੇਜਰ ਆਈਟੀ ਰਿਪੋਰਟਿੰਗ ਐਂਡ ETL ਦੇ ਵਿੱਚ ਸਪੈਸ਼ਲਿਸਟ ਦੇ ਵਿੱਚ ਜੋ ਤੁਹਾਡੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਉਹ BSc BE BTech ਡਿਗਰੀ ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਸੇਮ ਜੋ ਉੱਪਰ ਆਪਾਂ ਕੁਆਲੀਫਿਕੇਸ਼ਨ ਪੜ੍ਹ ਕੇ ਆਏ ਹਾਂ ਸੇਮ ਰਹਿਣ ਵਾਲੀ ਹੈ। ਇਸ ਦੇ ਵਿੱਚ ਏਜ ਲਿਮਿਟ ਥੋੜੀ ਘਟਾ ਦਿੱਤੀ ਗਈ ਹੈ, ਮਤਲਬ ਜੋ ਹੈ ਚੇਂਜ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਤੁਹਾਡੀ ਮਿਨੀਮਮ 28 ਸਾਲ ਅਤੇ ਮੈਕਸੀਮਮ 36 ਸਾਲ ਜਿਹੜੀ ਹੈ ਤੁਹਾਡੀ ਏਜ ਰਹਿਣ ਵਾਲੀ ਹੈ। ਇਸ ਦੇ ਵਿੱਚ ਜੋ ਐਕਸਪੀਰੀਅੰਸ ਤੁਹਾਨੂੰ ਚਾਹੀਦਾ ਹੋਏਗਾ ਉਹ 7 ਈਅਰ ਦਾ ਐਕਸਪੀਰੀਅੰਸ ਜਿਹੜਾ ਉਹ ਤੁਹਾਨੂੰ ਚਾਹੀਦਾ ਹੋਏਗਾ। ਫਰਦਰ ਗੱਲ ਕਰੀਏ ਤਾਂ ਸੀਨੀਅਰ ਮੈਨੇਜਰ MMGS ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਹੈ ਉਹ ਮਿਨੀਮਮ 25 ਸਾਲ ਔਰ ਮੈਕਸੀਮਮ 35 ਸਾਲ ਤੁਹਾਡੀ ਜਿਹੜੀ ਹੈ ਉਹ ਏਜ ਹੋਣੀ ਚਾਹੀਦੀ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਗ੍ਰੈਜੂਏਟ ਹੋਣਾ ਚਾਹੀਦੀ ਹੈ ਤੁਸੀਂ ਕਿਸੇ ਵੀ ਯੂਨੀਵਰਸਿਟੀ ਇੰਸਟੀਚਿਊਟ ਦੇ ਅੰਡਰ, ਔਰ ਉਸ ਤੋਂ ਬਾਅਦ ਮਿਨੀਮਮ 5 ਈਅਰ ਤੁਹਾਡਾ ਜਿਹੜਾ ਹੈਗਾ ਉਹ ਐਕਸਪੀਰੀਅੰਸ ਇਸ ਵਿੱਚ ਕਾਊਂਟ ਜਿਹੜਾ ਉਹ ਕੀਤਾ ਜਾਏਗਾ। ਉਸ ਤੋਂ ਬਾਅਦ ਸੀਨੀਅਰ ਮੈਨੇਜਰ ਚਾਰਟਰ ਅਕਾਊਂਟੈਂਟ ਦੀ ਗੱਲ ਕਰੀਏ ਮਿਨੀਮਮ ਏਜ 25 ਸਾਲ ਮੈਕਸੀਮਮ 35 ਸਾਲ ਇਸ ਦੇ ਵਿੱਚ ਕਹੀ ਗਈ ਹੈ। ਔਰ ਇਸ ਦੇ ਵਿੱਚ ਚਾਰਟਰ ਅਕਾਊਂਟੈਂਟ ICWA ਫਰੋਮ ਇੰਸਟੀਟਿਊਸ਼ਨ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਤੁਹਾਡਾ ਹੋਣਾ ਚਾਹੀਦਾ ਹੈ। 3 ਈਅਰ ਪੋਸਟ ਜਿਹੜਾ ਹੈਗਾ ਕੁਆਲੀਫਿਕੇਸ਼ਨ ਐਕਸਪੀਰੀਅੰਸ ਤੁਹਾਡਾ ਇਸ ਦੇ ਵਿੱਚ ਮੰਗਿਆ ਗਿਆ ਹੈ। ਫਰਦਰ ਗੱਲ ਕਰੀਏ ਤਾਂ ਮੈਨੇਜਰ ਆਈਟੀ ਦੀ ਗੱਲ ਕਰਦੇ ਹੈਗੇ ਆ ਫਰੰਟ ਐਂਡ ਮੋਬਾਈਲ ਡਿਵੈਲਪਰ ਦੇ ਲਈ ਮਿਨੀਮਮ 25 ਸਾਲ ਮੈਕਸੀਮਮ 35 ਸਾਲ ਹੈ, ਔਰ ਅਸੈਂਸ਼ੀਅਲ ਕੁਆਲੀਫਿਕੇਸ਼ਨ ਸੇਮ ਹੀ ਜੋ ਉੱਪਰ ਆਪਾਂ ਕੈਟਾਗਰੀ ਦੇਖ ਕੇ ਆਏ ਹਾਂ, ਔਰ ਮਿਨੀਮਮ ਤੁਹਾਡਾ 7 ਈਅਰ ਐਕਸਪੀਰੀਅੰਸ ਜਿਹੜਾ ਹੈਗਾ ਉਹ ਰਹਿਣ ਵਾਲਾ ਹੈ। ਮੈਨੇਜਰ ਆਈਟੀ API ਪਲੇਟਫਾਰਮ ਇੰਜੀਨੀਅਰਿੰਗ ਇੰਟੀਗ੍ਰੇਸ਼ਨ ਦੇ ਵਿੱਚ ਤੁਹਾਡਾ ਮਿਨੀਮਮ 25 ਸਾਲ ਹੈ, ਏਜ ਮੈਕਸੀਮਮ 35 ਸਾਲ ਹੈ, ਕੁਆਲੀਫਿਕੇਸ਼ਨ ਸੇਮ ਰਹਿਣ ਵਾਲੀ ਹੈ ਉੱਪਰ ਵਾਲੀ, ਔਰ ਜੋ ਤੁਹਾਡਾ ਐਕਸਪੀਰੀਅੰਸ ਹੈ ਉਹ ਵੀ ਸੇਮ 7 ਸਾਲ ਦਾ ਐਕਸਪੀਰੀਅੰਸ ਤੁਹਾਡਾ ਇਸ ਦੇ ਵਿੱਚ ਮੰਗਿਆ ਗਿਆ। ਮੈਨੇਜਰ ਰਿਸਕ ਦੀ ਗੱਲ ਕਰੀਏ ਮਿਨੀਮਮ ਏਜ 25 ਸਾਲ ਮੈਕਸੀਮਮ 32 ਸਾਲ ਹੈ, ਠੀਕ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਜਿਹੜੀ ਆ ਤੁਸੀਂ ਕੀਤੀ ਹੋਣੀ ਚਾਹੀਦੀ ਕਿਸੇ ਵੀ ਜਿਹੜਾ ਹੈਗਾ ਯੂਨੀਵਰਸਿਟੀ ਤੋਂ, ਰੈਕੋਗਨਾਈਜ਼ ਯੂਨੀਵਰਸਿਟੀ ਤੋਂ 2 ਈਅਰ ਦਾ ਐਕਸਪੀਰੀਅੰਸ ਜਿਹੜਾ ਤੁਹਾਡਾ ਇਸ ਦੇ ਵਿੱਚ ਕਾਊਂਟ ਕੀਤਾ ਜਾਏਗਾ। ਫਰਦਰ ਗੱਲ ਕਰੀਏ ਮੈਨੇਜਰ ਕ੍ਰੈਡਿਟ ਦੀ 25 ਸਾਲ ਮਿਨੀਮਮ ਉਮਰ ਹੈ, ਮੈਕਸੀਮਮ 35 ਸਾਲ, ਅਸੈਂਸ਼ੀਅਲ ਕੁਆਲੀਫਿਕੇਸ਼ਨ ਦੇ ਵਿੱਚ ਡਿਗਰੀ ਹੀ ਮੰਗੀ ਹੈ ਉਹਨਾਂ ਨੇ, ਮਿਨੀਮਮ 60% ਨਾਲ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ। ਪੋਸਟ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ ਤੁਹਾਡੇ ਕੋਲ ਜਿਹੜਾ ਹੋਣਾ ਚਾਹੀਦਾ ਹੈ। ਮੈਨੇਜਰ ਲਾ ਦੀ ਗੱਲ ਕਰੀਏ ਤਾਂ ਮਿਨੀਮਮ 26 ਸਾਲ ਅਤੇ ਮੈਕਸੀਮਮ 32 ਸਾਲ ਏਜ ਹੋਣੀ ਚਾਹੀਦੀ ਹੈ। ਅਸੈਂਸ਼ੀਅਲ ਕੁਆਲੀਫਿਕੇਸ਼ਨ ਦੇ ਵਿੱਚ 50% ਨਾਲ ਤੁਸੀਂ ਡਿਗਰੀ ਕੀਤੀ ਹੋਵੇ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਵੱਲੋਂ, ਔਰ ਮਿਨੀਮਮ 4 ਈਅਰ ਜਿਹੜਾ ਹੈਗਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਤੁਹਾਡਾ ਮੰਗਿਆ ਹੋਇਆ। ਮੈਨੇਜਰ ਇੰਟੀਗ੍ਰੇਟਡ ਦੀ ਗੱਲ ਕਰੀਏ ਟ੍ਰੇਜਰੀ ਆਫਿਸਰ ਦੀ ਤਾਂ ਮਿਨੀਮਮ 25 ਸਾਲ ਮੈਕਸੀਮਮ 35 ਸਾਲ ਇਸ ਦੇ ਵਿੱਚ ਕੁਆਲੀਫਿਕੇਸ਼ਨ ਤੁਹਾਡੀ ਮੰਗੀ ਗਈ ਹੈ। ਗ੍ਰੈਜੂਏਸ਼ਨ ਜਿਹੜੀ ਹੈਗੀ ਉਹ ਤੁਹਾਡੀ ਮੰਗੀ ਹੈ ਕਿਸੇ ਵੀ ਯੂਨੀਵਰਸਿਟੀ ਵੱਲੋਂ, ਔਰ ਇਸ ਦੇ ਵਿੱਚ ਪੋਸਟ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ ਤੁਹਾਡਾ ਮੰਗਿਆ ਹੋਇਆ ਹੈਗਾ। ਉਸ ਤੋਂ ਬਾਅਦ ਗੱਲ ਕਰੀਏ ਮੈਨੇਜਰ ਟੈਕਨੀਕਲ ਆਫਿਸਰ ਦੀ ਮਿਨੀਮਮ 25 ਸਾਲ ਮੈਕਸੀਮਮ 35 ਸਾਲ, ਅਸੈਂਸ਼ੀਅਲ ਕੁਆਲੀਫਿਕੇਸ਼ਨ 'ਚ ਡਿਗਰੀ ਹੋਣੀ ਚਾਹੀਦੀ ਹੈ ਇੰਜੀਨੀਅਰਿੰਗ ਇਨ ਸਿਵਲ ਇਲੈਕਟ੍ਰੀਕਲੀ ਮਕੈਨੀਕਲ ਦੇ ਵਿੱਚ, ਔਰ 2 ਈਅਰ ਪੋਸਟ ਕੁਆਲੀਫਿਕੇਸ਼ਨ ਇੰਡਸਟਰੀਅਲ ਐਕਸਪੀਰੀਅੰਸ ਇਨ ਦਾ ਰੈਲੇਵੈਂਟ ਫੀਲਡ ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਜਿਹੜਾ ਹੈ 20 ਸਾਲ ਮਿਨੀਮਮ ਏਜ ਹੈ, 30 ਸਾਲ ਮੈਕਸੀਮਮ ਏਜ ਹੈ, ਔਰ ਇਸ ਦੇ ਵਿੱਚ ਵੀ ਜੋ ਹੈ ਉਹ BE BTech ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਤੁਹਾਡੀ 60% ਨਾਲ ਹੋਣੀ ਚਾਹੀਦੀ ਹੈ, ਬਟ ਇਸ ਦੇ ਵਿੱਚ ਕੋਈ ਐਕਸਪੀਰੀਅੰਸ ਜਿਹੜਾ ਹੈ ਉਹ ਨਹੀਂ ਮੰਗਿਆ ਗਿਆ। ਤਾਂ ਇੱਥੋਂ ਤੁਸੀਂ ਫਰੈਸ਼ਰਸ ਦੇ ਲਈ ਜਿਹੜਾ ਹੈਗਾ ਉਹ ਕੰਸੀਡਰ ਕਰ ਸਕਦੇ ਹੋ। ਅਸਿਸਟੈਂਟ ਮੈਨੇਜਰ ਦੀ ਗੱਲ ਕਰੀਏ ਤਾਂ ਮਿਨੀਮਮ 20 ਸਾਲ ਮੈਕਸੀਮਮ 30 ਸਾਲ ਏਜ ਹੈ, ਔਰ ਇਸ ਦੇ ਵਿੱਚ BE BTech ਡਿਗਰੀ ਇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਮੰਗੀ ਗਈ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਵੱਲੋਂ, ਔਰ ਇਸ ਦੇ ਵਿੱਚ ਵੀ ਕੋਈ ਐਕਸਪੀਰੀਅੰਸ ਤੁਹਾਡਾ ਕਾਊਂਟ ਨਹੀਂ ਕੀਤਾ ਜਾਏਗਾ।
ਅਸਿਸਟੈਂਟ ਮੈਨੇਜਰ, ਠੀਕ ਹੈ, ਆਰਕੀਟੈਕਟ ਦੀ ਗੱਲ ਕਰੀਏ ਤਾਂ ਮਿਨੀਮਮ 20 ਸਾਲ, ਮੈਕਸਿਮਮ 30 ਸਾਲ ਏਜ ਹੋਣੀ ਚਾਹੀਦੀ ਹੈ, ਔਰ ਇਸੇ ਵਿੱਚ ਤੁਹਾਡੀ ਬੈਚਲਰ ਡਿਗਰੀ ਜਿਹੜੀ ਹੈਗੀ ਆ ਆਰਕੀਟੈਕਟ ਦੇ ਵਿੱਚ ਹੋਣੀ ਚਾਹੀਦੀ, ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਵੱਲੋਂ ਕੋਈ ਐਕਸਪੀਰੀਅੰਸ ਜਿਹੜਾ ਤੁਹਾਡਾ ਨਹੀਂ ਮੰਗਿਆ ਗਿਆ ਹੈਗਾ। ਅਸਿਸਟੈਂਟ ਮੈਨੇਜਰ ਦੇ ਵਿੱਚ ਮਿਨੀਮਮ ਏਜ 20 ਸਾਲ, ਮੈਕਸਿਮਮ 30 ਸਾਲ, ਔਰ ਇਸ ਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਗਰੀ ਇਨ ਇੰਜੀਨੀਅਰਿੰਗ ਐਂਡ ਸਿਵਲ ਇਲੈਕਟ੍ਰੀਕਲ ਮਕੈਨੀਕਲ ਚ ਹੋਣੀ ਚਾਹੀਦੀ ਹੈ, ਔਰ ਕੋਈ ਐਕਸਪੀਰੀਅੰਸ ਇਸ ਦੇ ਵਿੱਚ ਨਹੀਂ ਮੰਗਿਆ ਗਿਆ। ਅਸਿਸਟੈਂਟ ਮੈਨੇਜਰ ਦੇ ਵਿੱਚ ਮਿਨੀਮਮ ਤੁਹਾਡੀ 20 ਸਾਲ ਉਮਰ ਔਰ ਮੈਕਸਿਮਮ 30 ਸਾਲ, ਔਰ ਇਸ ਦੇ ਵਿੱਚ ਗ੍ਰੈਜੂਏਟ ਤੁਸੀਂ ਕੀਤੀ ਹੋਵੇ 60% ਨਾਲ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਵੱਲੋਂ, ਔਰ ਐਸਸੀ ਐਸਟੀ ਦੇ ਲਈ ਛੂਟ ਹੈ, ਉੱਪਰ ਤੁਸੀਂ ਦੇਖ ਸਕਦੇ ਹੋ, ਔਰ ਇਸ ਦੇ ਵਿੱਚ ਵੀ ਕੋਈ ਕੁਆਲੀਫਿਕੇਸ਼ਨ ਤੁਹਾਡੀ ਨਹੀਂ ਮੰਗੀ ਗਈ। ਫਰਦਰ ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਜੋ ਤੁਹਾਡੀ ਏਜ ਰਿਲੈਕਸੇਸ਼ਨ ਰਹਿਣ ਵਾਲੀ ਹੈ ਉਹ ਐਸਸੀ ਐਸਟੀ ਦੇ ਲਈ 1 ਸਾਲ ਦੀ ਏਜ ਰਿਲੈਕਸੇਸ਼ਨ ਰਹਿਣ ਵਾਲੀ ਹੈ, ਅਦਰ ਬੈਕਵਰਡ ਕਲਾਸਿਸ ਦੇ ਲਈ 3 ਸਾਲ ਦੀ ਰਿਲੈਕਸੇਸ਼ਨ ਰਹਿਣ ਵਾਲੀ ਹੈ, ਔਰ ਉਸ ਤੋਂ ਬਾਅਦ ਪੀ ਡਬਲਯੂ ਬੀ ਡੀ ਦੇ ਵਿੱਚ ਤੁਹਾਡਾ 10 ਸਾਲ ਜਿਹੜੀ ਏਜ ਰਿਲੈਕਸੇਸ਼ਨ ਰਹਿਣ ਵਾਲੀ ਹੈ, ਔਰ ਐਕਸ ਸਰਵਿਸਮੈਨ ਦੇ ਲਈ 5 ਸਾਲ ਜਿਹੜੀ ਹੈ ਉਹ ਤੁਹਾਡੀ ਏਜ ਰਿਲੈਕਸੇਸ਼ਨ ਜਿਹੜੀ ਹੈ ਉਹ ਇਸ ਦੇ ਵਿੱਚ ਦਿੱਤੀ ਜਾਏਗੀ। ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡਾ ਇੱਕ ਆਨਲਾਈਨ ਟੈਸਟ ਜਿਹੜਾ ਕੰਡਕਟ ਕਰਵਾਇਆ ਜਾਏਗਾ, ਠੀਕ, ਤੁਹਾਡੀ ਪੋਸਟ 1 2 3 4 5 6 7 8 9 10 11 12 13 14 15 16 ਦੇ ਲਈ ਜਿਹੜਾ ਹੈਗਾ ਨੇਮ ਆਫ ਦਾ ਪੋਸਟ ਟੈਸਟ ਜਿਹੜਾ ਪ੍ਰੋਫੈਸ਼ਨਲ ਨੋਲੇਜ ਰੈਲੇਵੈਂਟ ਆਫ ਦਾ ਪੋਸਟ ਹੋਏਗੀ। 100 ਮਲਟੀਪਲ ਚੋਇਸ ਕੁਐਸਚਨ ਜਿਹੜੇ ਆ ਉਹ ਤੁਹਾਡੇ ਆਣਗੇ, ਜਿਹਦੇ ਵਿੱਚ 200 ਨੰਬਰਾਂ ਦਾ ਇਹ ਟੈਸਟ ਜਿਹੜਾ ਤੁਹਾਡਾ ਹੋਏਗਾ ਤੁਹਾਡੇ ਆਪਣੇ ਰੈਲੇਵੈਂਟ ਫੀਲਡ ਦੇ ਨਾਲ। ਉਸ ਤੋਂ ਬਾਅਦ 17 18 19 20 21 ਜੋ ਸੀਰੀਅਲ ਨੰਬਰ ਪੋਸਟਾਂ ਦੇ ਲਈ ਜਿਹੜਾ ਉਹ ਤੁਹਾਡਾ ਟੈਸਟ ਹੋਏਗਾ, ਜਿਹਦੇ ਵਿੱਚ ਕੁਆਂਟੀਟੀਵ ਐਪਟੀਟਿਊਡ, ਰੀਜ਼ਨਿੰਗ, ਪ੍ਰੋਫੈਸ਼ਨਲ ਨੋਲੇਜ ਰੈਲੇਵੈਂਟ ਟੂ ਦਾ ਪੋਸਟ ਹੋ ਗਿਆ, ਔਰ ਇੰਗਲਿਸ਼ ਲੈਂਗੁਏਜ ਜਿਹੜਾ ਹੋ ਗਿਆ 120 ਮਿੰਟ ਦਾ ਇਹ ਜਿਹੜਾ ਟੈਸਟ ਦਿੱਤਾ ਜਾਏਗਾ। ਇਸ ਦੇ ਵਿੱਚ ਨੰਬਰ ਜਿਹੜੇ ਆ ਫਰਦਰ ਡਿਵਾਈਡ ਕੀਤੇ ਹੋਏ ਆ, ਜਿਹਦੇ ਵਿੱਚ ਕੁਆਂਟੀਟੀਵ ਐਪਟੀਟਿਊਡ ਦੇ 25 ਮਲਟੀਪਲ ਚੋਇਸ ਕੁਐਸਚਨ ਆਣਗੇ 25 ਨੰਬਰਾਂ ਦੇ, ਰੀਜ਼ਨਿੰਗ 50 ਮਲਟੀਪਲ ਚੋਇਸ ਕੁਐਸਚਨ ਆਣਗੇ 50 ਨੰਬਰਾਂ ਦੇ, ਔਰ ਪ੍ਰੋਫੈਸ਼ਨਲ ਨੋਲੇਜ ਦੇ ਲਈ 50 ਮਲਟੀਪਲ ਚੋਇਸ ਕੁਐਸਚਨ ਆਣਗੇ 100 ਨੰਬਰਾਂ ਦੇ, ਠੀਕ ਹੈ, ਔਰ ਇੰਗਲਿਸ਼ ਦੀ ਜੀ ਗੱਲ ਕਰੀਏ ਤਾਂ 25 ਮਲਟੀਪਲ ਚੋਇਸ ਕੁਐਸਚਨ ਆਣਗੇ, ਜਿਹਦੇ ਵਿੱਚ 25 ਨੰਬਰਾਂ ਦੇ ਤੁਹਾਡੇ ਜਿਹੜੇ ਹੈਗੇ ਆ ਉਹ ਨੰਬਰ ਹੋਣਗੇ। ਇਸ ਦੇ ਵਿੱਚ ਟੋਟਲ ਜਿਹੜਾ 200 ਨੰਬਰਾਂ ਦਾ ਤੁਹਾਡਾ ਟੈਸਟ ਜਿਹੜਾ ਉਹ ਲਿੱਤਾ ਜਾਏਗਾ। ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਜਿਹੜੀ ਹੈਗੀ ਉਹ ਤੁਹਾਡੀ ਹੋਏਗੀ, ਤਾਂ ਇਸ ਚੀਜ਼ ਦਾ ਵੀ ਤੁਸੀਂ ਜਿਹੜਾ ਉਹ ਖਿਆਲ ਰੱਖਣਾ ਹੈਗਾ। ਇਸਦੇ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਸੈਂਟਰਾਂ ਦੀ ਗੱਲ ਕਰੀਏ ਤਾਂ ਇੱਥੇ ਇਹ ਸਾਰੇ ਦੇ ਸਾਰੇ 12 ਐਗਜ਼ਾਮੀਨੇਸ਼ਨ ਸੈਂਟਰ ਤੋਂ ਦਿੱਤੇ ਹੋਏ, ਤੁਸੀਂ ਆਪਣੇ ਅਕੋਰਡਿੰਗ ਆਪਣੀ ਸੁਵਿਧਾ ਦੇ ਅਕੋਰਡਿੰਗ ਜਿਹੜਾ ਆਨਲਾਈਨ ਐਪਲੀਕੇਸ਼ਨ ਦੇ ਵਿੱਚ ਤੁਸੀਂ ਇਸ ਨੂੰ ਫਿਲ ਜਿਹੜਾ ਹੈਗਾ ਉਹ ਕਰ ਸਕਦੇ ਹੋ। ਅਪਲਾਈ ਅਗਰ ਕਰਨਾ ਹੈ ਤਾਂ ਅਪਲਾਈ ਤੁਸੀਂ ਆਨਲਾਈਨ ਹੀ ਕਰ ਸਕਦੇ ਹੋ, ਐਪਲੀਕੇਸ਼ਨ ਰਜਿਸਟ੍ਰੇਸ਼ਨ ਪੇਮੈਂਟ ਫੀ ਤੁਸੀਂ ਦੋਨੋਂ ਹੀ ਆਨਲਾਈਨ ਹੀ ਕਰਨੀਆਂ ਹੋਣਗੀਆਂ। ਅਗਰ ਮੈਂ ਫੀ ਦੀ ਗੱਲ ਕਰਾਂ ਤਾਂ ਜਨਰਲ ਈਵੀਐਸ ਅਤੇ ਓਬੀਸੀ ਦੇ ਲਈ 800 ਰੁਪਇਆ ਜਿਹੜੀ ਹੈਗੀ ਆ ਉਹ ਫੀ ਰੱਖੀ ਗਈ ਹੈ, ਔਰ ਐਸ ਸੀ ਐਸ ਟੀ ਪੀ ਡਬਲਯੂ ਬੀ ਡੀ ਦੇ ਲਈ 175 ਫੀ ਜਿਹੜੀ ਹੈਗੀ ਆ ਉਹ ਰੱਖੀ ਗਈ ਹੈਗੀ ਆ। ਇਹ ਤੁਸੀਂ ਇਸ ਦੇ ਵਿੱਚ ਜੋ ਤੁਹਾਡਾ ਮੋਡ ਰਹਿਣ ਵਾਲਾ ਹੈਗਾ ਫੀ ਦਾ ਅਤੇ ਐਪਲੀਕੇਸ਼ਨ ਦਾ ਉਹ ਆਨਲਾਈਨ ਹੀ ਰਹਿਣ ਵਾਲਾ। ਇਸ ਲਈ ਤੁਸੀਂ ਫਰਦਰ ਡਿਟੇਲ ਜਿਹੜੀ ਆ ਉਹ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਪੂਰੀ ਦੀ ਪੂਰੀ ਜਿਹੜਾ ਇਹਦਾ ਨੋਟੀਫਿਕੇਸ਼ਨ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ, ਉਹ ਡਾਊਨਲੋਡ ਕਰਕੇ ਇਸ ਨੂੰ ਪੂਰੀ ਤਰ੍ਹਾਂ ਤੁਸੀਂ ਚੈੱਕ ਕਰਕੇ ਹੀ ਅਪਲਾਈ ਜਿਹੜਾ ਹੈਗਾ ਉਹ ਕਰਨਾ ਹੋਏਗਾ। ਤੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਜੋ ਕੈਂਡੀਡੇਟ ਇਸ ਦੇ ਲਈ ਵਿਲਿੰਗ ਨੇ ਉਹ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ, ਫਰੈਸ਼ਰਸ ਦੇ ਲਈ ਵੀ ਇਹ ਪੋਸਟਾਂ ਨੇ। ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ IDBI ਬੈਂਕ ਦੁਆਰਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਦੀ ਡਿਮਾਂਡ ਕੀਤੀ ਗਈ ਹੈ। ਆਨਲਾਈਨ ਐਪਲੀਕੇਸ਼ਨ ਦੀ ਲਾਸਟ ਡੇਟ ਜਿਹੜੀ ਹੈ ਉਹ 26/2/2024 ਦੀ ਰਹਿਣ ਵਾਲੀ ਹੈ, ਔਰ ਅਗਰ ਮੈਂ ਫੀ ਦੀ ਗੱਲ ਕਰਾਂ ਤਾਂ ਫੀ ਦਾ ਜਿਹੜਾ ਮੋਡ ਰਹੇਗਾ ਆਨਲਾਈਨ ਰਹੇਗਾ, ਔਰ ਇਸ ਦੀ ਵੀ ਜੋ ਲਾਸਟ ਡੇਟ ਰਹਿਣ ਵਾਲੀ ਹੈ ਉਹ ਹੈ 26/2/2024।
ਇਸੇ ਵਿੱਚ ਤੁਸੀਂ ਕਿਸ ਪੋਸਟ ਲਈ ਅਪਲਾਈ ਕਰਨ ਜਾ ਰਹੇ ਹੋ, ਤਾਂ ਜੂਨੀਅਰ ਅਸਿਸਟੈਂਟ ਮੈਨੇਜਰ ਲਈ ਤੁਸੀਂ ਇਸ ਦੇ ਵਿੱਚ ਅਪਲਾਈ ਕਰਨ ਜਾ ਰਹੇ ਹੋ। ਲੇਕਿਨ ਇੱਥੋਂ ਤੀਕਰ ਪਹੁੰਚਣ ਦੇ ਲਈ ਤੁਹਾਨੂੰ ਇਹਨਾਂ ਦਾ 1 ਈਅਰ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬੈਂਕਿੰਗ ਐਂਡ ਫਾਈਨਾਂਸ ਕਰਨਾ ਹੋਏਗਾ, 6 ਮੰਥ ਆਫ ਕਲਾਸਰੂਮ ਸਟੱਡੀਜ਼ ਐਟ ਦ ਰਿਸਪੈਕਟਿਵ ਕੈਂਪਸ ਇਹ ਕਰਨਾ ਹੋਏਗਾ, 2 ਮੰਥ ਇੰਟਰਨਸ਼ਿਪ ਅਤੇ 4 ਮੰਥ ਔਨ ਜੋਬ ਟ੍ਰੇਨਿੰਗ ਜਿਹੜੀ ਹੈ ਕਰਨ ਤੋਂ ਬਾਅਦ ਤੁਸੀਂ ਐਲੀਜੀਬਲ ਹੋਵੋਗੇ ਜੂਨੀਅਰ ਅਸਿਸਟੈਂਟ ਮੈਨੇਜਰ ਦੇ ਲਈ। ਹਾਲਾਂਕਿ ਇਹ ਜੋ ਟ੍ਰੇਨਿੰਗ ਕੋਰਸ ਹੋਏਗਾ ਤੁਹਾਡਾ, ਇਹ ਜਿਹੜਾ ਟ੍ਰੇਨਿੰਗ ਪੀਰੀਅਡ ਹੈ ਤੁਹਾਡਾ, ਇਹ ਤੁਹਾਡਾ ਜਿਹੜਾ ਟ੍ਰੇਨਿੰਗ ਪੀਰੀਅਡ ਹੈ ਇਹ ਤੁਹਾਡੇ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਹੀ ਸ਼ੁਰੂ ਹੋਏਗਾ, ਮਤਲਬ ਤੁਹਾਡੀ ਅਪੁਆਇੰਟਮੈਂਟ ਤੋਂ ਬਾਅਦ ਹੀ ਇਹ ਚੀਜ਼ ਜਿਹੜੀ ਹੈਗੀ ਹੈ ਉਹ ਸ਼ੁਰੂ ਹੋਏਗੀ। ਅਗਰ ਗੱਲ ਕਰੀਏ ਜੋਨ ਦੀ, ਤੋ ਸਾਊਥ ਅਤੇ ਵੈਸਟ ਜੋਨ ਦੀਆਂ ਇਹ ਪੋਸਟਾਂ ਨੇ ਜਿਸ ਦੇ ਵਿੱਚ ਅਹਿਮਦਾਬਾਦ ਔਰ ਅਹਿਮਦਾਬਾਦ ਵਿੱਚ ਫਰਦਰ ਜਿਹੜਾ ਹੈਗਾ ਤੁਸੀਂ ਜਿਹੜਾ ਅਪੁਆਇੰਟ ਕੀਤੇ ਜਾਓਗੇ, ਫਿਰ ਭੋਪਾਲ, ਮੰਗਲੁਰੂ, ਚੇਨਈ, ਹੈਦਰਾਬਾਦ, ਮੁੰਬਈ, ਨਾਗਪੁਰ, ਪੁਣੇ, ਤੋ ਤਕਰੀਬਨ ਮੋਸਟਲੀ ਸਾਰੇ ਹੀ ਨੇ ਆਪਣੇ ਕੋਲੇ, ਭੁਵਨੇਸ਼ਵਰ, ਪਟਨਾ, ਚੰਡੀਗੜ੍ਹ, ਠੀਕ ਹੈ, ਤੋ ਉਸ ਤੋਂ ਬਾਅਦ ਦਿੱਲੀ, ਕਲਕੱਤਾ ਅਤੇ ਲਖਨਊ, ਤੋ ਇਹ ਤੁਸੀਂ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹੋ। ਅਗਰ ਮੈਂ ਪੋਸਟਾਂ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਟੋਟਲ ਕਿੰਨੀਆਂ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਤੋ ਇਹ 500 ਵੈਕੈਂਸੀਜ਼ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ। ਬੈਂਕਿੰਗ ਫੀਲਡ ਦੇ ਵਿੱਚ ਕਿਸੇ ਇੱਕ ਬੈਂਕ ਦੁਆਰਾ ਇੰਨੀਆਂ ਪੋਸਟਾਂ ਕੱਢਣੀਆਂ ਇਹ ਆਪਣੇ ਆਪ ਵਿੱਚ ਇੱਕ ਵੱਡਾ ਨੰਬਰ ਹੋ ਸਕਦਾ ਹੈ, ਤੋ 500 ਵੈਕੈਂਸੀਜ਼ ਆਊਟ ਹੈ ਜਿਹਨਾਂ ਨੂੰ ਫਰਦਰ ਕੈਟਾਗਰੀ ਦੇ ਵਿੱਚ ਡਿਵਾਈਡ ਜਿਹੜਾ ਹੈਗਾ ਉਹ ਕੀਤਾ ਗਿਆ। ਅਗਰ ਮੈਂ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤੋ ਗ੍ਰੈਜੂਏਸ਼ਨ ਮੰਗੀ ਹੈ, ਠੀਕ ਹੈ, ਕਿਸੇ ਵੀ ਯੂਨੀਵਰਸਿਟੀ ਵੱਲੋਂ ਜੋ ਰੈਕੋਗਨਾਈਜ਼ ਹੋਵੇ, ਔਰ ਏਜ ਦੀ ਅਗਰ ਗੱਲ ਕਰੀਏ ਤੋ ਮਿਨੀਮਮ ਤੁਹਾਡੀ 20 ਸਾਲ ਔਰ ਮੈਕਸੀਮਮ ਜਿਹੜੀ ਹੈ ਉਹ 25 ਸਾਲ ਜਿਹੜੀ ਹੈ ਉਹ ਏਜ ਤੁਹਾਡੀ ਰਹਿਣ ਵਾਲੀ ਹੈ। ਇਸ ਦੇ ਵਿੱਚ ਆਨਲਾਈਨ ਟੈਸਟ ਤੁਹਾਡਾ ਹੋਏਗਾ ਜਿਸ ਦੀ ਡੇਟ ਜਿਹੜੀ ਹੈ ਮਾਰਚ 17, 2024 ਰੱਖੀ ਗਈ ਹੈ। ਜੋ ਵੀ ਐਲੀਜੀਬਲ ਕੈਂਡੀਡੇਟ ਹੈ ਉਹਨਾਂ ਨੂੰ ਜ਼ਰੂਰ ਇਸ ਦੇ ਵਿੱਚ ਜਿਹੜਾ ਹੈਗਾ ਉਹ ਫਿਲ ਕਰਨਾ ਚਾਹੀਦਾ ਹੈ। ਅਗਰ ਆਪਾਂ ਕੱਟ ਆਫ ਦੀ ਗੱਲ ਕਰੀਏ ਇਸ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਵਿੱਚ ਏਜ ਦੀ ਅਤੇ ਕੁਆਲੀਫਿਕੇਸ਼ਨ ਦੀ, ਤਾਂ ਤੁਹਾਡੀ ਏਜ ਜਨਵਰੀ 31, 2024 ਤੀਕਰ ਕਾਊਂਟ ਕੀਤੀ ਜਾਊਗੀ, ਮਤਲਬ ਜਨਵਰੀ 31, 2024 ਤੀਕਰ ਤੁਸੀਂ ਮਤਲਬ ਜਿਹੜਾ ਹੈਗਾ ਆਪਣੀ ਜਿਹੜੀ ਹੈ ਉਹ ਏਜ ਜਿਹੜੀ ਹੈ ਤੁਹਾਡੀ 20 ਤੋਂ ਮਿਨੀਮਮ ਨਹੀਂ ਹੋਣੀ ਚਾਹੀਦੀ ਔਰ 25 ਤੋਂ ਮੈਕਸੀਮਮ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਔਰ ਕੁਆਲੀਫਿਕੇਸ਼ਨ ਵੀ ਤੁਹਾਡੀ ਇਸ ਤੋਂ ਪਹਿਲਾਂ ਗ੍ਰੈਜੂਏਸ਼ਨ ਕੰਪਲੀਟ ਹੋ ਜਾਣੀ ਚਾਹੀਦੀ ਹੈ। ਆਨਲਾਈਨ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਫਰਵਰੀ 12, 2024 ਤੋਂ ਸਟਾਰਟ ਹੋ ਜਾਣਗੀਆਂ ਔਰ 26 ਫਰਵਰੀ 2024 ਇਸ ਦੀ ਲਾਸਟ ਡੇਟ ਜਿਹੜੀ ਹੈ ਰਹਿਣ ਵਾਲੀ ਹੈ। ਅਗਰ ਟੈਸਟ ਦੀ ਗੱਲ ਕਰੀਏ ਤਾਂ ਮਾਰਚ 17, 2024 ਨੂੰ ਟੈਸਟ ਜਿਹੜਾ ਹੈਗਾ ਉਹ ਕੰਡਕਟ ਕਰਵਾਇਆ ਜਾਏਗਾ। ਐਲੀਜੀਬਿਲਟੀ ਦੇ ਵਿੱਚ ਤੁਸੀਂ ਇੰਡੀਅਨ ਹੋਣੇ ਚਾਹੀਦੇ ਹੋ, ਅਪਲਾਈ ਕਰ ਸਕਦੇ ਹੋ, ਫਰਦਰ ਵੀ ਤੁਸੀਂ ਇਸ ਦੀ ਡਿਟੇਲ ਚੈੱਕ ਕਰ ਸਕਦੇ ਹੋ। ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਇਹਨਾਂ ਨੇ ਜਿਹੜੀ ਹੈਗੀ ਆ ਉਹ ਮੰਗੀ ਹੈ, ਤੁਸੀਂ ਗ੍ਰੈਜੂਏਟ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਦੁਆਰਾ, ਗ੍ਰੈਜੂਏਸ਼ਨ ਜਿਹੜੀ ਹੈ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਏਜ ਦੇ ਵਿੱਚ ਜੋ ਰਿਲੈਕਸੇਸ਼ਨ ਜਿਹੜੀ ਕਹੀ ਗਈ ਹੈ ਮਿਨੀਮਮ ਤੁਹਾਡੀ 20 ਸਾਲ ਔਰ ਮੈਕਸੀਮਮ 25 ਸਾਲ ਤੁਹਾਡੀ ਜਿਹੜੀ ਹੈ ਉਹ ਏਜ ਮੰਗੀ ਗਈ ਹੈ, ਲੇਕਿਨ ਇਸ ਦੇ ਵਿੱਚ ਰਿਲੈਕਸੇਸ਼ਨ ਹੈ SC ST ਦੇ ਲਈ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਹੈ, OBC ਦੇ ਲਈ ਜਿਹੜਾ ਉਹ 3 ਸਾਲ ਦੀ ਰਿਲੈਕਸੇਸ਼ਨ ਹੈ, ਔਰ ਉਸ ਤੋਂ ਬਾਅਦ ਪਰਸਨ ਵਿਦ ਡਿਸਬਿਲਟੀ ਦੀ ਗੱਲ ਕਰੀਏ ਤਾਂ 10 ਸਾਲ ਦੀ ਜਿਹੜੀ ਹੈ ਉਹ ਰਿਲੈਕਸੇਸ਼ਨ ਦਿੱਤੀ ਹੈ, ਔਰ ਐਕਸ ਸਰਵਿਸ ਮੈਨ ਦੇ ਲਈ 5 ਈਅਰ ਦੀ ਜਿਹੜੀ ਹੈਗੀ ਹੈ ਉਹ
ਰਿਲੈਕਸੇਸ਼ਨ ਇਸ ਦੇ ਵਿੱਚ ਤੁਹਾਨੂੰ ਜਿਹੜੀ ਹੈ ਉਹ ਦਿੱਤੀ ਗਈ ਹੈ। ਅਗਰ ਫੀ ਦੀ ਗੱਲ ਕਰੀਏ ਤਾਂ ਨਾਨ ਰਿਫੰਡੇਬਲ ਐਪਲੀਕੇਸ਼ਨ ਫੀ ਤੁਹਾਡੀ ਇਸ ਦੇ ਵਿੱਚ ਲੱਗਣ ਵਾਲੀ ਹੈ, ਜਿਸ ਦੇ ਵਿੱਚ ਜੋ ਐਪਲੀਕੇਸ਼ਨ ਫੀ ਤੁਹਾਡੀ ਰਹਿਣ ਵਾਲੀ ਹੈ ਉਹ 200 ਫੀ ਰਹਿਣ ਵਾਲੀ ਹੈ ਐਸ ਸੀ ਐਸ ਟੀ ਪੀ ਡਬਲਿਊ ਡੀ ਕੈਂਡੀਡੇਟਸ ਦੇ ਲਈ, ਠੀਕ ਹੈ। ਲੇਕਿਨ ਅਗਰ ਅਦਰ ਕੈਂਡੀਡੇਟਸ ਦੀ ਗੱਲ ਕਰੀਏ ਤਾਂ 1000 ਫੀ ਜਿਹੜੀ ਹੈ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ, ਔਰ ਇਸਦਾ ਜਿਹੜਾ ਅਪਲਾਈ ਕਰਨ ਦਾ ਮੋਡ ਰਹੇਗਾ ਆਨਲਾਈਨ ਰਹੇਗਾ, ਮਤਲਬ ਤੁਸੀਂ ਫੀ ਜਿਹੜੀ ਹੈ ਉਹ ਆਨਲਾਈਨ ਮੋਡ ਦੁਆਰਾ ਹੀ ਫੀ ਜਿਹੜੀ ਹੈ ਉਹ ਸਬਮਿਟ ਕਰਵਾਉਣੀ ਹੋਏਗੀ। ਅਪਲਾਈ ਕਿਵੇਂ ਕਰਨਾ ਹੈ ਤਾਂ ਤੁਸੀਂ ਦੇਖੋ ਇਹ ਜੋ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਇਹਨਾਂ ਦੀ ਵੈਬਸਾਈਟ ਤੇ ਜਾਓਗੇ, ਤਾਂ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਦਾ ਇਹ ਨੋਟੀਫਿਕੇਸ਼ਨ ਵੀ ਡਾਊਨਲੋਡ ਕਰਕੇ ਰੀਡ ਕਰ ਸਕਦੇ ਹੋ ਸਾਰਾ। ਔਰ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਹੈਗੀਆਂ 12 ਫਰਵਰੀ 2024 ਤੋਂ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਫੀ ਵੀ ਜਿਹੜੀ ਆ ਉਹ ਤੁਸੀਂ ਆਨਲਾਈਨ ਕਰਨੀ ਹੋਊਗੀ 26 ਫਰਵਰੀ 2024 ਤੱਕ, ਮਤਲਬ ਤੁਸੀਂ ਇਹ ਐਪਲੀਕੇਸ਼ਨ ਫਿਲ ਕਰਨੀਆਂ ਹੋਣਗੀਆਂ। ਫੀ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਐਸ ਸੀ ਐਸ ਟੀ ਪੀ ਡਬਲਿਊ ਡੀ ਦੀ 200 ਔਰ ਫੋਰ ਆਲ ਅਦਰ ਕੈਂਡੀਡੇਟਸ ਦੇ ਲਈ 1000 ਜਿਹੜੀ ਹੈਗੀ ਆ ਫੀ ਰੱਖੀ ਗਈ ਹੈ। ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੁਸੀਂ ਇੱਥੋਂ ਨੋਟ ਕਰ ਲਓ, ਔਰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਨਾਲ ਜਿਹੜਾ ਹੈਗਾ ਪੂਰਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਰੀਡ ਕਰ ਸਕਦੇ ਹੋ। ਫਰਦਰ ਗੱਲ ਕਰੀਏ ਤਾਂ ਜੋ ਟੈਸਟ ਹੋਏਗਾ ਤੁਹਾਡਾ, ਠੀਕ ਹੈ, ਤੋ ਇਹ ਜੋ ਇੱਕ ਟੈਸਟ ਹੋਏਗਾ ਨੇਮ ਆਫ ਟੈਸਟ ਆਨਲਾਈਨ ਟੈਸਟ ਜਿਹੜਾ ਤੁਹਾਡਾ ਕੰਡਕਟ ਕਰਵਾਇਆ ਜਾਏਗਾ, ਜਿਸ ਦੇ ਵਿੱਚ ਲੌਜੀਕਲ ਰੀਜ਼ਨਿੰਗ, ਡਾਟਾ ਅਨਾਲਿਸਿਸ ਅਤੇ ਇੰਟਰਪ੍ਰੀਟੇਸ਼ਨ ਜਿਹੜਾ ਹੈਗਾ ਤੁਹਾਡਾ ਰਹਿਣ ਵਾਲਾ ਹੈ। ਨੰਬਰ ਆਫ ਕੁਐਸਚਨ 60 ਰਹਿਣ ਵਾਲੇ ਹੈ, ਮੈਕਸੀਮਮ ਮਾਰਕ ਤੁਹਾਡੇ 60 ਰਹਿਣ ਵਾਲੇ ਹੈ। ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਦੀ ਗੱਲ ਕਰੀਏ ਤਾਂ 40 ਕੁਐਸਚਨ ਰਹਿਣ ਵਾਲੇ, ਜਿਸ ਦੇ ਵਿੱਚ ਮਾਰਕਸ ਵੀ ਤੁਹਾਡੇ 40 ਰਹਿਣ ਵਾਲੇ ਹੈ। ਕੁਆਂਟੀਟੀਵ ਐਪਟੀਚਿਊਡ ਜਿਹੜਾ ਹੈਗਾ ਉਹ ਵੀ 40 ਨੰਬਰਾਂ ਦਾ ਆਏਗਾ, ਔਰ ਇਸ ਦੇ ਵਿੱਚ ਤੁਹਾਡੇ ਜਿਹੜੇ ਕੁਐਸਚਨ ਹੈ ਉਹ ਵੀ 40 ਰਹਿਣ ਵਾਲੇ ਨੇ। ਉਸ ਤੋਂ ਬਾਅਦ ਜਰਨਲ, ਇਕੋਨਮੀ, ਬੈਂਕਿੰਗ, ਅਵੇਅਰਨੈਸ ਦੇ ਟੋਟਲ 60 ਕੁਐਸਚਨ ਆਣਗੇ, ਔਰ 60 ਨੰਬਰਾਂ ਦੇ ਹੀ ਕੁਐਸਚਨ ਆਣਗੇ ਟੋਟਲ। ਮਤਲਬ ਅਗਰ ਆਪਾਂ ਡਿਊਰੇਸ਼ਨ ਦੀ ਗੱਲ ਕਰੀਏ ਤਾਂ 2 ਘੰਟਿਆਂ ਦਾ ਇਹ ਟੈਸਟ ਜਿਹੜਾ ਹੈਗਾ ਉਹ ਤੁਹਾਡਾ ਰਹਿਣ ਵਾਲਾ। ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਜ਼ਰੂਰ ਹੋਏਗੀ, ਤੁਸੀਂ ਚੈੱਕ ਕਰ ਲੈਣਾ। ਫਰਦਰ ਤੁਸੀਂ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਵੀ ਜਿਹੜਾ ਹੈਗਾ ਉਹ ਪੜ੍ਹ ਕੇ ਹੀ ਜਿਹੜਾ ਇਸ ਦੇ ਵਿੱਚ ਤੁਸੀਂ ਅਪਲਾਈ ਕਰਨਾ ਹੋਏਗਾ। ਫਰਦਰ ਕੋਈ ਇਹਨਾਂ ਦੀ ਖਾਸ ਨਹੀਂ ਹੈ, ਬਾਕੀ ਇਹਨਾਂ ਦੀ ਕੋਈ ਇੰਸਟਰਕਸ਼ਨਸ ਨੇ, ਠੀਕ ਹੈ, ਜੋ ਤੁਸੀਂ ਆਪਣੀਆਂ ਦੇਖ ਸਕਦੇ ਹੋ। ਜੋ ਵੀ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਜੋ ਹੈਗਾ ਉਹ ਅਪਲਾਈ ਕਰ ਸਕਦੇ ਨੇ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਥੈਂਕ ਯੂ।